ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਸਟੀਲ ਕਾਰਖਾਨੇ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਹੱਥ ਮਿਲਾਉਣ ਤੋਂ ਸਾਫ਼ ਨਾ ਕਰ ਦਿੱਤੀ ਅਤੇ ਉੱਚੀਆਂ ਟੈਕਸ ਦਰਾਂ ਦੇ ਮਸਲੇ ਉੱਤੇ ਦੋਹਾਂ ਵਿਚਾਲੇ ਬਹਿਸ ਵੀ ਹੋਈ। ਸਟੀਲ ਵਰਕਰ ਨੇ ਟਰੂਡੋ ਦੇ ਮੂੰਹ ਉੱਤੇ ਆਖ ਦਿੱਤਾ ਕਿ ਤੁਹਾਡੀਆਂ ਨੀਤੀਆਂ ਕਾਰ ਸਾਡਾ ਪਰਿਵਾਰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਵਾਸਤੇ ਸੰਘਰਸ਼ ਕਰ ਰਿਹਾ ਹੈ। ਦੱਸ ਦਈਏ ਕਿ ਓਨਟੋਰੀਓ ਦੇ ਸੂ ਸੈਂਟ ਮਰੀ ਸ਼ਹਿਰ ਦੇ ਵਿੱਚ ਵਾਪਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਰਹੀ ਹੈ, ਜਿਸ ਵਿੱਚ ਟਰੂਡੋ ਸਟੀਲ ਕਾਰਖਾਨੇ ਦੇ ਖਾਮਿਆਂ ਕੋਲ ਜਾ ਕੇ ਡੋਨਟਸ ਦੀ ਪੇਸ਼ਕਸ਼ ਕਰਦੇ ਹਨ, ਪਰ ਇੱਕ ਅਣਪਛਾਤਾ ਕੀਰਤੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਉੱਚੀਆਂ ਟੈਕਸ ਦਰਾਂ ਅਤੇ ਮੈਡੀਕਲ ਬਿੱਲਾਂ ਦੀ ਸ਼ਿਕਾਇਤ ਕਰਨ ਲੱਗਦਾ ਹੈ। ਐਲਗੋਮਾ ਸਟੀਲ ਦੇ ਮੁਲਾਜ਼ਮ ਦੇ ਵੱਲੋਂ ਕੀਤੀ ਟਿੱਪਣੀ ਦੇ ਜਵਾਬ ਦੇ ਵਿੱਚ ਜਸਟਿਨ ਟਰੂਡੋ ਕਹਿੰਦੇ ਨੇ ਕਿ ਤੁਹਾਡਾ ਰੁਜ਼ਗਾਰ ਕਾਇਮ ਰੱਖਣ ਦੇ ਲਈ ਅਸੀਂ ਵਿਦੇਸ਼ੀ ਇਸਪਾਤ ਉੱਤੇ ਟੈਕਸ ਦਰਾਂ ਵਿੱਚ ਵਾਧਾ ਕੀਤਾ ਹੈ, ਪਰ ਇਸੇ ਦੌਰਾਨ ਮੁਲਾਜ਼ਮ ਕਹਿੰਦਾ ਹੈ ਕਿ ਉਹਨਾਂ 40% ਟੈਕਸਾਂ ਬਾਰੇ ਕੀ ਕਹਿਣਾ ਚਾਹੋਗੇ ਜੋ ਮੈਂ ਅਦਾ ਕਰ ਰਿਹਾ ਅਤੇ ਮੇਰੇ ਕੋਲ ਡਾਕਟਰ ਦੀ ਸਹੂਲਤ ਵੀ ਨਹੀਂ ਹੈ। ਇਸ ਮਗਰੋਂ ਟਰੂਡੋ ਜਵਾਬ ਦਿੰਦੇ ਨੇ ਕਿ ਕੈਨੇਡਾ ਸਰਕਾਰ ਦੇ ਵੱਲੋਂ $1,000,000,000 ਦਾ ਨਿਵੇਸ਼ ਤੁਹਾਡੀ ਨੌਕਰੀ ਦੇ ਲਈ ਕਈ ਸਾਲ ਤੱਕ ਕਾਇਮ ਰੱਖਣ ਵਿੱਚ ਮਦਦ ਕਰੇਗਾ। ਟਰੂਡੋ ਦੀ ਗੱਲ ਖਤਮ ਨਹੀਂ ਹੁੰਦੀ ਕਿ ਮੁਲਾਜ਼ਮ ਕਹਿੰਦਾ ਹੈ ਕਿ ਉਸਨੂੰ ਉਮੀਦ ਹੈ ਕਿ ਟਰੂਡੋ ਸੱਤਾ ਤੋਂ ਲਾਂਭੇ ਹੋ ਜਾਣਗੇ। ਪ੍ਰਧਾਨ ਮੰਤਰੀ ਮੁੜ ਜਵਾਬ ਦਿੰਦੇ ਨੇ ਕਿ ਚੋਣਾਂ ਇਸੇ ਵਾਸਤੇ ਹੁੰਦੀਆਂ ਨੇ। ਲਿਬਰਲ ਸਰਕਾਰ ਚਾਹੁੰਦੀ ਹੈ ਕਿ ਹਰ ਵੋਟਰ ਆਪਣੇ ਹੱਕ ਦੀ ਵਰਤੋਂ ਕਰੇ ਅਤੇ ਅਸੀਂ ਤੁਹਾਡੇ ਵਾਸਤੇ ਅਤੇ ਤੁਹਾਡੀ ਨੌਕਰੀ ਵਾਸਤੇ ਨਿਵੇਸ਼ ਕਰ ਰਹੇ ਹਾਂ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਦੇ ਮਗਰੋਂ ਸਟੀਲ ਵਰਕਰ ਕਹਿੰਦਾ ਹੈ ਕਿ ਮੈਂ ਤੁਹਾਡੇ ਉੱਤੇ ਇੱਕ ਪਲ ਵਾਸਤੇ ਵੀ ਯਕੀਨ ਨਹੀਂ ਕਰ ਸਕਦਾ। ਟਰੂਡੋ ਜਦ ਆਪਣੀ ਸਰਕਾਰ ਦੇ ਵੱਲੋਂ ਆਰੰਭੀ ਡੈਂਟਲ ਕੇਅਰ ਯੋਜਨਾ ਦਾ ਜ਼ਿਕਰ ਕਰਨ ਲੱਗਦੇ ਹਨ ਤਾਂ ਸਟੀਲ ਵਰਕਰ ਕਹਿੰਦਾ ਹੈ ਕਿ ਉਸਦੇ ਪਰਿਵਾਰ ਦੇ ਨਾਲੋਂ ਬਿਹਤਰ ਅਤੇ ਕਿਫਾਇਤੀ ਹੈਲਥ ਕੇਅਰ ਸਹੂਲਤ ਬੇਰੁਜ਼ਗਾਰ ਕੈਨੇਡੀਅਨਸ ਨੂੰ ਮਿਲ ਰਹੀ ਹੈ। ਇਸੇ ਦੌਰਾਨ ਟਰੂਡੋ ਸਟੀਲ ਵਰਕਰ ਨੂੰ ਸ਼ੁਭ ਇੱਛਾਵਾਂ ਦਿੰਦੇ ਹੋਏ ਉੱਥੋਂ ਰਵਾਨਾ ਹੋ ਜਾਂਦੇ ਨੇ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨੇ 17 ਜੁਲਾਈ ਨੂੰ ਇੱਕ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਸੀ ਕਿ ਜਦੋਂ ਤੱਕ ਕੈਨੇਡਾ ਵਾਸੀਆਂ ਦੀ ਜੇਬ ਉੱਤੇ ਬੋਝ ਨਹੀਂ ਘਟਦਾ ਅਤੇ ਮੋਰਗੇਜ ਦਰਾਂ ਘੱਟ ਸਸਤੀਆਂ ਨਹੀਂ ਹੁੰਦੀਆਂ, ਉਦੋਂ ਤੱਕ ਫਰਜ਼ ਪੂਰਾ ਨਹੀਂ ਸਮਝਿਆ ਜਾ ਸਕਦਾ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨੇ 17 ਜੁਲਾਈ ਨੂੰ ਇੱਕ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਸੀ ਕਿ ਜਦੋਂ ਤੱਕ ਕੈਨੇਡਾ ਵਾਸੀਆਂ ਦੀ ਜੇਬ ਉੱਤੇ ਬੋਝ ਨਹੀਂ ਘਟਦਾ ਅਤੇ ਮੋਰਗੇਜ ਦਰਾਂ ਸਸਤੀਆਂ ਨਹੀਂ ਹੁੰਦੀਆਂ, ਉਦੋਂ ਤੱਕ ਫਰਜ਼ ਪੂਰਾ ਨਹੀਂ ਸਮਝਿਆ ਜਾ ਸਕਦਾ। ਕੈਨੇਡਾ ਦੇ ਵਿੱਚ ਅਗਲੀਆਂ ਆਮ ਚੋਣਾਂ ਅਕਤੂਬਰ 2025 ਦੇ ਵਿੱਚ ਹੋਣੀਆਂ ਨੇ, ਪਰ ਸਿਆਸੀ ਮਾਹਰਾਂ ਮੁਤਾਬਕ ਘੱਟ ਗਿਣਤੀ ਲਿਬਰਲ ਸਰਕਾਰ ਉਸ ਤੋਂ ਪਹਿਲਾਂ ਹੀ ਡਿੱਗ ਵੀ ਸਕਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।